बहुत क्वालिटी है भाई प्यार भरी सत श्री अकाल स्वागत है सारे भरावान का। मुल्लापुर पहुँच चुके हैं बकरियां की मंडी ते दिखाउणगे तुहानू त्यौहारां दे समय भी किस तरह का माल आ रहा किस तरह दीआं बकरे बकरियां ने जिहड़ियां बिकणियां आउंदियां नेगियां। शनिवार नूं मंडी लगदी है पहुँचिया करो सारे प्रबंध हुंदे ने मंडी दे उपर ते 21 तरीक नूं मेला भी है वह भी तुसीं नोट कर लो नैशनल पद्धर मुकाबले का मेला। बकरी दिखाउणगे तुहानू चार बच्चां वाली वह भी शेरे कलर की। अज तो हफ्ता पहलां गल्लबात करिए तां इह बकरी अपने पहला देख चुके हैं एक हफ्ता पहला भी ये बकरी इसे मंडी से देखी सी उदों सूई नहीं सी पर अज सूई आ गई चार बच्चे दिते ने उदे भी आप कहते कि चार बच्चे दूगी वह बाई ने उरे आई बई बई आ बई ने बेची अज तकरीबन हर मंडी आना हों उरे इन्हें बेची आ बीरे ने बई उरे आ जा किन्ने दिन हो गए बकरी सूई नूं आ इहनूं वी दो दिन हो गए ਮੇਮਣੇ ਇਸੇ ਦਿਨ ਇੱਕ ਲਾ ਕੇ ਲਿਆ ਚਾਰ ਬੱਚੇ ਦਿੱਤੇ ਨੇ ਨਾ ਉਦੇ ਵੀ ਆਪਾਂ ਕਹਿੰਦੇ ਸੀ ਵੀ ਚਾਰ ਬੱਚੇ ਦੋ ਨਾ ਪਤਾ ਲੱਗ ਜਾਂਦਾ ਜੱਜਮੈਂਟ ਹੋ ਜਾਂਦੀ ਆ ਲੈ ਵੀ ਜੱਜਮੈਂਟ ਹੋ ਜਾਂਦੇ ਕਿੰਨੇ ਰੁਪਈਆਂ ਦਾ ਸੌਦਾ ਹੈ ਇਹ 25000 ਦੀ 25000 ਦਾ ਬੁੱਢੀ ਹੋ ਬੱਕਰੀ ਨਹੀਂ ਤੀਜੇ ਸੂਏ ਸੂਈ ਆ ਤੀਜੇ ਸੂਏ ਸੂਈ ਆ ਫਰੈਸ਼ ਦਾ ਆਂਦਾ ਹੀ ਬਿਲਕੁਲ ਲਾ ਕੇ ਦਿਖਾਈ ਬੱਚੇ ਇਧਰ ਨੂੰ ਮੜੇ ਆ ਦੇਖ ਤਿੰਨੇ ਬੱਕਰੇ ਨੇਗੇ ਦੋ ਬੱਕਰੀਆਂ ਹੀ ਦੋ ਬੱਕਰੀਆਂ ਦੋ ਪੱਠਾਂ ਦੋ ਬੱਕਰੇ ਇੱਕ ਹੋ ਫਿਰਦਾ ਗਾ ਸਲਾਰੂ ਨਿਕਿਆ ਜਾ ਚਾਰ ਦੇ ਤੇ ਲੈ ਵੀ 25000 ਦਾ ਸੌਦਾ ਜੇ ਇਹ ਚਾਰੇ ਪਲ ਗਏ 5000 ਦੇ ਵਿਕ ਗਏ ਜੀ ਹੋ ਜਾਣਗੇ 20000 ਦੇ ਪੰਜਾਂ ਮਹੀਨਿਆਂ ਨੂੰ ਹੈਨਾ ਆ ਦੇ ਐਂ ਗੱਲਬਾਤ ਹੈਗੀ ਇਹ ਬੱਕਰੀ ਰਹਿ ਜੂਗੀ ਫ੍ਰੀ ਗਾਹਾਂ ਤੇਰੇ ਭਾਗ ਲੱਛੀ ਹੈ ਅਤੇ ਆਹ ਬਾਈ ਜੀ ਨੇ ਲਈ ਆਈ ਕਿੰਨਾ ਮੁੱਲ ਕਰਿਆ ਸੀ ਬਾਈ ਤੈਂ ਪਹਿਲਾਂ ਇਹ ਦੱਸ ਇਹਦਾ 32000 ਮੁੱਲ 32000 ਕਰਿਆ ਸੀ ਚਲੋ ਠੀਕ ਹੈ ਤੁਸੀਂ ਲਈ ਬਾਈ ਜੀ ਹਾਂਜੀ ਕਿਹੜਾ ਪਿੰਡ ਆ ਮੁੱਲਾਪੁਰ ਸ਼ਹਿਰ ਮੁੱਲਾਪੁਰ ਸ਼ਹਿਰ ਤੋਂ ਇੱਕੋ ਹੀ ਨਗ ਲੈ ਕੇ ਆਉਣਾ ਸੀ ਇੱਕੋ ਹੀ ਨਗ ਲੈਣਾ ਆਏ ਸੀਗੇ ਨਹੀਂ ਲੈਣ ਤਾਂ ਦੋ ਤਿੰਨ ਆਏ ਸੀ ਚਾਰ ਹੋ ਗਏ ਪਹਿਲਾਂ ਛੱਡੇ ਜੀ ਬਾਅਦ ਚ ਦੇਖਦੇ ਆ ਅੱਛਾ ਇਹਨੂੰ ਛੱਡ ਕੇ ਆਉਂਦੇ ਹੋ ਫਿਰ ਆਉਂਗੇ ਅੱਛਾ ਚਲੋ ਵੀ ਇਹਨੂੰ ਛੱਡ ਕੇ ਆਉਣਗੇ ਮੁੱਲਾਪੁਰ ਦੀ ਨੇ ਖਾਸ ਵੀ ਫਿਰ ਹੋਰ ਲੈ ਕੇ ਜਾਵਾਂਗੇ ਟਰੋਮ ਬਾਈ ਖੜੇ ਨੇ ਟਰੋਮ ਬਾਈ ਕੀ ਹਾਲ ਚਾਲ ਹੈ ਠੀਕ ਆ ਬੱਕਰੀਆਂ ਦਾ ਕੰਮ ਕਾਜ ਕਿਵੇਂ ਚੱਲ ਰਿਹਾ ਫਿਰ ਵਧੀਆ ਵਧੀਆ ਹੋ ਗਿਆ ਸ਼ੌਂਕ ਨਾਲ ਹੀ ਆਈਦਾ ਗਾ ਸ਼ੌਂਕ ਨਾਲ ਹੀ ਆਉਂਦੇ ਆ ਠੀਕ ਹੈ ਹੋਰ ਕੰਮ ਕਾਜ ਕੰਮ ਕਰ ਵਧੀਆ ਜੀ ਕੰਮ ਕਰ ਵਧੀਆ ਹਾਂਜੀ ਹਾਂਜੀ ਠੀਕ ਹੈ ਜਗ੍ਹਾ ਵਾਧੂ ਆ ਪਿੱਛੇ ਆਪਣੇ ਕੋਲੇ 10 ਕਿੱਲੇ ਪਏ ਆ ਛੱਡ ਦੇ ਦੇ ਉੱਥੇ ਜਾਨਵਰ ਠੀਕ ਹੈ ਬਹੁਤ ਟਾਂਗੀ ਥੋੜੀ ਲੈ ਕੇ ਜਾਈਦਾ ਪੜ ਜਾਂਦੇ ਨੇ ਜੀ ਕੱਖ ਵਾਧੂ ਦਰਖਤ ਵਾਧੂ ਕੱਖ ਵਾਧੂ ਅੱਛਾ ਸੈਂਟਰ ਪਿਆ ਆਪਣੇ ਕੋਲ 10 ਕਿੱਲੇ ਠੀਕ ਹੈ ਜੀ ਵੀ ਉਹ ਚ ਸਾਡੀ ਉਹ ਚ ਛੱਡ ਦੀ ਦੇ ਕੰਧ ਆਪਣੀ ਨਾਲ ਹੀ ਆ ਕਿੰਨੇ ਕਿੰਨਾ ਹੋ ਚੁੱਕੇ ਹੋ ਗਏ ਇੰਨਾ ਸਣੇ ਹੁਣ 21 ਹੋ ਗਏ 21 ਹੋ ਗਏ ਹਾਂਜੀ ਠੀਕ ਹੈ ਤੇ ਬਹੁਤ ਧੰਨਵਾਦ ਹੈ ਜੀ ਬਹੁਤ ਧੰਨਵਾਦ ਲੈ ਧੰਨਵਾਦ ਕਰਦੇ ਆ ਬਾਈ ਦਾ ਚਾਰ ਮੇਮਣ ਵਾਲੀ ਇੱਕੋ ਹੀ ਬੱਕਰੀ ਮਿਲੀ ਅੱਜ ਇਹਨਾਂ ਨੂੰ ਤੇ ਲੈ ਗਏ ਮੰਡੀ ਦੇ ਵਿੱਚ ਚਾਰ ਮੇਮਣ ਵਾਲੀ ਹੈ ਅੱਜ ਕੱਲੀ ਉਹ ਬੱਕਰੀ ਹੈਗੀ ਹੋਰ ਕੋਈ ਹੈ ਨਹੀਂ ਤਿੰਨ ਵਾਲੀ ਵੀ ਨਹੀਂ ਹੋਣੀ ਚਾਰ ਮੇਮਣ ਵਾਲੀ ਇਹੀ ਆ ਆ ਬਾਈ ਦੇ ਕੋਲ ਆਏਗੇ ਗੱਲਬਾਤ ਕਰਨ ਦੇ ਲਈ ਬੱਕਰੀਆਂ ਤਾਂ ਬਾਈ ਥੋੜੀਆਂ ਲਿਆਂਦੀਆਂ ਨੇ ਵੇਚਣ ਵਾਸਤੇ ਪਰ ਹੈਗੀਆਂ ਠੀਕ ਨੇਗੀਆਂ ਵਧੀਆ ਚੀਜ਼ਾਂ ਨੇਗੀਆਂ ਬਾਈ ਕੀ ਨਾਮ ਆ ਪਿੰਡ ਕਿਹੜਾ ਵੀਰੇ ਜ਼ਿਲ੍ਹਾ ਬੱਕਰੀਆਂ ਦਿਖਾਓਗੇ ਮੁੰਡਾ ਜਾ ਆਹ ਬੱਕਰੀ ਦਾ ਕੀ ਮੁੱਲ ਕਰੇਗਾ ਹੈਗਾ ਵੀ ਨਾਲ ਕੁਛ ਇੱਧਰ ਨੇ ਇੱਧਰ ਦੋ ਮੇਮਣੇ ਨੇ ਪੱਠਾਂ ਵੇਚਣ ਹੈਗੀਆਂ ਚਲੋ ਤਾਂ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ 12-15 ਦਿਨ ਠੀਕ ਹੈ ਦੁੱਧ ਦਾ ਕੀ ਹੋਊਗਾ ਥੱਲੋਂ ਖੋਲ੍ਹਿਓ ਮੁੰਡਾ ਜਾ ਝੋਲਾ ਜਾ ਚੈੱਕ ਬਈ ਰਿਪੋਰਟ ਓਕੇ ਹੈਗੀ ਲੈਂਥ ਦੀ ਬਹੁਤ ਹੈਗੀ ਬੱਕਰੀ ਵੈਸੇ ਕਿੰਨੇ ਕੁ ਲੀਟਰ ਦੀ ਦੁੱਧ ਹੋਊਗੀ ਜ਼ਿਆਦਾ ਨੇ ਉਹਦੀ 4 ਕਿੱਲੋ ਅੱਛਾ ਠੀਕ ਹੈ ਯਾਨੀ ਸੂਈ ਨੂੰ ਵੀ ਹਲੇ ਥੋੜ੍ਹੇ ਦਿਨ ਹੀ ਹੋਏ ਨੇਗੇ ਦਿੰਦੀ ਹੈ ਦੁੱਧ ਮੁੱਲ ਕਿੰਨਾ ਦੱਸੋ ਸੀ 50000 ਦੇਣੀ ਕਿੱਥੇ ਤੱਕ ਆ ਵੈਸੇ ਲੱਗਿਆ ਜਾ ਕੀ ਹੈਗਾ 40000 ਦੀ ਛੱਡਾਂਗੇ 40 ਦੀ ਛੱਡੋਂਗੇ ਲੱਗਿਆ ਵੀ ਹੈਗਾ ਕੁਛ ਹਾਂਜੀ ਹਲੇ ਲੱਗਿਆ ਕੁਛ ਨਹੀਂ ਚਲੋ ਬੰਨੋ ਦਾ ਝੋਲਾ ਅਤੇ ਹੋਰ
ਬਾਕੀ ਇਦੂ ਸਸਤੀਆਂ ਨੇ ਕਿ ਮਹਿੰਗੀਆਂ ਨੇ? ਇਦੂ ਸਸਤੀਆਂ ਨੇਗੀਆਂ। ਲੈ ਵੀ ਸਸਤੀਆਂ ਦਿਖਾ ਦੇਣਗੇ ਤੁਹਾਨੂੰ ਇਦੂ ਵੀ ਕਿੰਨੀਆਂ ਕੁ ਸਸਤੀਆਂ ਨੇ ਪੁੱਛਦਾ ਨੇ। ਹਲ ਆ ਸ਼ੇਰੀ ਬੱਕਰੀ। ਅੱਛਾ ਇਹਦਾ ਮੁੱਲ ਤਾਂ ਪਤਾ ਹੀ ਹੋਊਗਾ ਤੁਹਾਨੂੰ। ਅੱਛਾ 25,000 ਆਹ ਬਾਪੂ ਦੀਆਂ ਨੇਗੀਆਂ, ਠੀਕ ਹੈ। ਅਤੇ ਆਹ ਜੀ ਹੁਣ ਇਹਨਾਂ ਦੱਸੋ ਕਿਹੜੀ ਦੇ? ਉਹ ਪੱਠ ਜੀ ਉਹਦਾ ਅੱਛਾ ਇੱਧਰ ਖੜੀ ਆ। ਇਹਦਾ 25,000 ਪੱਚੀ ਹੈ। ਅਤੇ ਇਹਦਾ ਬਿਨਾਂ ਸਿੰਘਾਂ ਵਾਲੀ ਦਾ ਇਹਦੇ ਨਾਲ ਕੁਛ ਜਮੀ ਨਹੀਂ ਹੈਗਾ। ਦੁੱਧ ਹੀ ਦਿੰਦੀਆਂ ਨੇਗੀਆਂ, ਦੁੱਧ ਸਾਰਾ ਦਿੰਦੀਆਂ ਨੇਗੀਆਂ। ਇਹਨਾਂ 'ਤੇ ਮੁੱਲ ਲੱਗ ਗਿਆ ਇਕੱਲੀ ਰੋਡੀ 'ਤੇ? ਅੱਛਾ 15 ਘੱਟ ਹੈਗਾ ਰੱਖੇ ਜਿਵੇਂ ਝੋਟਾ ਹੀ ਹੁੰਦਾ ਉਹ ਹੈਗਾ ਹੀ ਆ, ਝੋਟਾ ਹੀ ਆ। ਸਹੀ ਗੱਲ ਆ, ਮਾਰਦਾ ਬਈ ਝੋਟੇ ਵਾਂਗੂ, ਤਾਂ ਹੀ ਬੰਨਿਆ ਮੂਰੀ। ਠੀਕ ਉਹ ਤੁਹਾਡੀ ਬਾਪੂ ਨੇ ਬਾਕੀ ਲੱਗਿਆ ਵੀ ਕੁਛ ਮੁੱਲ ਜਮੀਨ ਲੱਗਿਆ? ਚੱਲ ਹਾਲੇ ਤਾਂ ਉਹਦੇ ਲੱਗਿਆ ਨੀਗਾ, ਜਦੋਂ ਲੱਗੂਗਾ ਵਪਾਰੀ ਸ਼ਾਮ ਤੱਕ ਲਾਉਣਗੇ ਕੋਈ ਵੀ ਖਰੀਦਣ ਵਾਲੇ, ਫੇਰ ਪਤਾ ਲੱਗੂ ਨਾ। ਠੀਕ ਆ ਬਾਪੂ ਜੀ, ਓਕੇ। ਬੱਕਰੀ ਦੇਖੋ ਬਾਈ ਇੱਧਰ, ਪਹਿਲਾਂ ਬੱਕਰੀ ਦਿਖਾ ਫਿਰ ਗੱਲਾਂ ਬਾਤਾਂ ਕਰਦੇ ਹਾਂ ਬਾਈ ਦੇ ਨਾਲ। ਕੀ ਹਾਲ ਵੀਰੇ? ਵਧੀਆ ਵੀਰ ਜੀ। ਪਿੰਡ ਕਿਹੜਾ ਭਰਾਵਾ? ਪਿੰਡ ਆਪਣਾ ਮਹਾਲਮ ਆ, ਫਿਰੋਜ਼ਪੁਰ ਦੇ ਕੋਲ ਜੀ। ਕਿਹੜਾ? ਮਹਾਲਮ, ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ। ਹਾਂਜੀ ਫਿਰੋਜ਼ਪੁਰ। ਹਾਂਜੀ ਵੀਰ ਜੀ, ਅਪਡੇਟ ਦੇ ਕਿੰਨੇ ਸੂਏ ਲੈ ਲਏ ਤੂੰ? ਇਹ ਬਾਈ 300 ਲਿੱਤੇ ਆਪਾਂ ਅੱਗੋਂ ਲਿੱਤੇ ਸੀ। ਹਾਂਜੀ ਅੱਗੋਂ ਤੁਸੀਂ ਕਿੰਨੇ ਸੂਏ 'ਚ ਲਈ ਸੀ? ਉਹ ਤਾਂ ਮਾਣੇ ਆਪਾਂ ਕਹਿੰਦੇ ਸੀ 400 ਆ। ਅੱਛਾ 300 ਆਪਾਂ ਲੈ ਲਏ ਜੀ। ਤੁਸੀਂ 3 ਤੁਸੀਂ ਲੈ ਲਏ? 3 ਆਪਾਂ ਲੈ ਲਏ, 4 ਉਹਨਾਂ ਨੇ ਲੈ ਲਏ, 4 ਉਹਨਾਂ ਨੇ ਲੈ ਲਏ। ਯਾਨੀ ਕਿ ਬੋਡੀ ਹੋ ਚੁੱਕੀ ਹੈ ਬੱਕਰੀ? ਹਾਂਜੀ ਠੀਕ ਹੈ। ਕਿੱਦਾਂ ਦਾ ਰਿਜ਼ਲਟ ਰਿਹਾ ਇਹਦਾ? ਬਹੁਤ ਵਧੀਆ ਬੱਕਰਾ ਇਹਦਾ ਹੀ ਆ, ਦੇਖ ਲਓ ਤੁਸੀਂ ਉਹ ਬੱਕਰਾ। ਹਾਂਜੀ ਠੀਕ ਆ। ਬੱਕਰਾ ਕਿਸ ਰੰਗ ਦਾ ਸੀਗਾ? ਬੱਕਰਾ ਬਲੈਕ ਹੀ ਆ। ਬਲੈਕ ਹੀ ਸੀਗਾ? ਹਾਂਜੀ ਠੀਕ ਹੈ। ਬੱਕਰੀ ਦੀ ਅੱਖ ਲਾਲ ਕਿਉਂ ਆ? ਬੱਕਰਾ ਅੱਖੀ ਲਾਲ ਵਾਲਾ ਹੈਗਾ ਆਪਣੇ ਕੋਲ। ਅੱਛਾ ਬੱਕਰਾ ਤੁਹਾਡੇ ਕੋਲ ਲਾਲ ਅੱਖ ਵਾਲਾ, ਕੀ ਰਿਕਾਰਡ ਚ ਹੈਗਾ ਬੱਕਰਾ? ਬਹੁਤ ਵਧੀਆ ਰਿਕਾਰਡ, ਦੇਖ ਲਓ ਤੁਹਾਡੇ ਸਾਹਮਣੇ ਆ, 5 ਮਹੀਨੇ ਦਾ ਬੱਚਾ। ਨਹੀਂ ਇਹਦਾ ਪਿਓ? ਪਿਓ ਆਪਣੇ ਕੋਲ ਹੈਗਾ 40 ਇੰਚ ਪਲੱਸ ਆ ਕੱਦ। 40 ਇੰਚ ਪਲੱਸ? ਹਾਂਜੀ ਠੀਕ ਹੈ। ਬੱਕਰੀ ਦਾ ਮੁੱਲ ਕੀ ਕਰਿਆ ਵੀਰੇ? 70,000 ਰੁਪਏ ਵੀਰੇ। 70,000 ਬੱਕਰੀ ਤਾਂ ਦੇਖ ਲਓ ਬਾਈ, ਬੱਕਰੀ ਤਾਂ ਕੁਆਲਿਟੀ ਦੀ ਆ। ਪਰ ਦੰਦ ਕਿੰਨੇ ਕੁ ਲਾ ਗਈ? ਦੰਦ ਪੂਰੇ ਲਾ, ਉਰੇ ਹੀ ਮੁੜੇ। ਤੁਸੀਂ ਕਿੰਨੇ ਦੀ ਖਰੀਦੀ ਸੀ ਉਦੋਂ ਬੱਕਰੀ ਜਦੋਂ ਲਈ ਸੀ? ਪਰ ਵੀਰੇ ਉਦੋਂ 50,000 ਦੀ ਦਿੱਤੀ ਸੀ। 50,000 ਦੀ ਲਈ? ਹਾਂਜੀ ਵੀਰੇ। ਮੁੱਲ ਮੋੜਤਾ ਇਹਨੇ ਫਿਰ? ਮੋੜ ਤਾਂ ਬਾਈ ਤੁਹਾਡੇ ਸਾਹਮਣੇ ਦੇਖ ਲਓ, ਬੱਕਰੇ ਖੜੇ ਆ। ਠੀਕ ਹੈ। ਹਾਂਜੀ ਤੁਸੀਂ 3 ਸੂਏ ਲੈ ਲਏ? ਹਾਂਜੀ ਵੀਰੇ। ਕਿੰਨੇ ਬੱਚੇ ਦਿੱਤੇ ਨੇ? 3 ਸੂਏ? ਬੱਚੇ 2 ਦਿੰਦੀ ਹੈ 1 ਸੂਏ ਭਾਜੀ। ਕਿਵੇਂ? 2 ਬੱਚੇ ਦਿੰਦੀ ਹੈ 1 ਸੂਏ 'ਚ? ਹਾਂਜੀ 6 ਬੱਚੇ। ਹਾਂਜੀ ਠੀਕ ਹੈ। ਬਾਕੀ ਪੱਠਾ ਹੈਗੀਆਂ, ਬੱਕਰਾ ਇੱਕ ਹੈਗਾ, ਮੈਂ ਤਸੀਲ ਕਰ। ਇੱਕ ਬੱਕਰਾ ਹੈਗਾ? ਹਾਂਜੀ 6 ਪੱਠਾ ਹੈ। ਹਾਂਜੀ 6 ਪੱਠਾ। ਹਾਂਜੀ 5 ਪੱਠਾ, 6 ਜਾਨਵਰ ਆਏ ਸੀਗੇ, 5 ਪੱਠਾ, 1 ਬੱਕਰਾ। ਬਿਲਕੁਲ। ਬੱਕਰਾ ਵੇਚਣਾ ਹੈ? ਹਾਂ ਬੱਕਰਾ ਵੇਚਣਾ। ਪੱਠਾ ਦਾ ਕੁਆਲਿਟੀ? ਬਹੁਤ ਵਧੀਆ, ਇਹੋ ਕੁਆਲਿਟੀ ਹੈ ਸਾਰੀ ਪੱਠਾ। ਠੀਕ ਹੈ। ਉਹ ਸੂਣ ਵਾਲੀਆਂ ਹੋਣਗੀਆਂ? ਹਾਂਜੀ ਉਹ ਸੂਣ ਵਾਲੀਆਂ। ਠੀਕ ਹੈ। ਬੱਕਰੀ ਵਧੀਆ, ਮੁੱਲ 70,000 ਹੀ? ਹਾਂਜੀ ਕੋਈ ਨਹੀਂ, ਬਾਕੀ ਮਾਨ ਤਾਂ ਹੋ ਜਾਊਗਾ ਮੌਕੇ ਤੇ। ਲੱਗਿਆ ਕੁਛ? ਨਹੀਂ ਕੁਛ ਨਹੀਂ ਲੱਗਿਆ ਹਲੇ ਜੀ। ਅੱਛਾ ਹਲੇ ਆਏ ਹਾਂ ਜੀ। ਠੀਕ ਹੈ। ਵੈਸੇ ਕੰਮ ਕਿੰਨਾ ਕੁ ਟਾਈਮ ਹੋ ਗਿਆ ਬੱਕਰੀਆਂ ਦਾ ਕਰਦੇ? ਹੁਣ ਹੋ ਗਏ 4 ਸਾਲ ਵੀਰੇ। 4 ਸਾਲ? ਹਾਂਜੀ। ਬੱਕਰੀ 50,000 ਦੀ 4 ਸਾਲ ਪਹਿਲਾਂ ਲਈ ਸੀ? ਹਾਂਜੀ। ਪਰ ਤੁਹਾਨੂੰ ਪਤਾ ਹੀ ਮਾਣੇ ਖਰਚਾ ਵੀ ਹੁੰਦਾ, ਦਾਣਾ ਪਾਣੀ ਸਾਰਾ ਇਹਦੇ 'ਚ। ਹਾਂਜੀ 4 ਸਾਲ ਪਹਿਲਾਂ 50,000 ਦੀ ਬੱਕਰੀ ਲਈ ਸੀ, ਅੱਜ ਚਲੋ 70 ਮੰਗ ਰਿਹਾ ਬਾਈ। ਬਾਈ ਕੁਆਲਿਟੀ ਤਾਂ ਸਿਰ ਤੱਕ ਕੁਆਲਿਟੀ ਵੀ ਹੈਗੀ ਆ, ਬੇਲ ਵੀ ਹੈਗੀ। ਹਾਂਜੀ ਕਿੱਥੋਂ ਲਈ ਸੀ ਇਹ? ਆਪਣੇ ਨਾਲ ਦੇ ਪਿੰਡੋਂ ਲਿੱਤੀ, ਹਟਾਰੀ ਪਿੰਡ ਤੋਂ। ਅੱਛਾ ਨਾਲ ਵੀ ਲਾਗੇ ਬੰਨੀ ਸਰ ਗਿਆ? ਹਾਂਜੀ ਲਾਗੇ ਬੰਨੇ। ਠੀਕ ਹੈ। ਦੁੱਧ ਦਾ ਕੀ ਰਿਕਾਰਡ ਬੱਕਰੀ ਦਾ ਵੀਰੇ? ਦੁੱਧ ਵੀਰੇ 4 ਲੀਟਰ ਹੈਗਾ ਇਹਦੇ ਥੱਲੇ। ਪੱਕੀ ਗੱਲ? ਹਾਂਜੀ ਵੀਰੇ, ਗਰੰਟੀ ਦੇਵਾਂਗੇ। ਫਾਂਡਰ ਨਿਕਲੇ ਵਾਪਸੀ ਆ, 2.5 ਮਹੀਨੇ ਗੱਬਣਾ। ਹੁਣ ਗਰੰਟੀ? ਹਾਂਜੀ ਹਾਂਜੀ ਗਰੰਟੀ ਆ, ਗਰੰਟੀ ਵੀਰੇ। ਠੀਕ ਹੈ। ਹਾਂਜੀ ਵਧੀਆ ਬੋਕ ਤੋਂ? ਬਹੁਤ ਵਧੀਆ ਵਧੀਆ ਵੀਰੇ, ਇਸੇ ਕੁਆਲਿਟੀ ਦੀ ਗਾਂ ਦਾ ਪਿਓ ਹੀ ਜਿਹੜਾ ਮੰਨ ਕੇ ਚਲੋ। ਹਾਂ ਅੱਗਾ ਹੁਣ ਬੱਚਾ ਇਸੇ ਦੇ ਬੱਕਰੀ ਦਾ। ਠੀਕ ਹੈ। ਹਾਂਜੀ ਕਿਆ ਬਾਤ, ਚੰਗਾ ਵੀਰੇ। ਠੀਕ ਹੈ ਵੀਰ ਜੀ, ਠੀਕ ਹੈ।